ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਅਧੀਨ ਆਉਂਦੇ ਪਿੰਡ ਦੰਗੇੜੀਆ ਵਿਖੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ BDPO ਜਸਵੀਰ ਸਿੰਘ ਮਿਨਹਾਸ ਦੇ ਯਤਨਾਂ ਸਦਕਾ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਬਜ਼ੁਰਗ ਮਹਿਲਾ ਨੂੰ ਆਰਥਿਕ ਸਹਾਇਤਾ ਦੇ ਕੇ ਪੱਕਾ ਮਕਾਨ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਵਿਧਾਇਕ ਨਾਗਰਾ ਦਾ ਸਨਮਾਨ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਵਿਧਾਇਕ ਨਾਗਰਾ ਨੇ ਇਸ ਪਿੰਡ ਵਿੱਚ ਚੋਣ ਪ੍ਰਚਾਰ ਦੌਰਾਨ ਇਸ ਬਜ਼ੁਰਗ ਮਹਿਲਾ ਨੂੰ ਪੰਜਾਬ ਵਿੱਚ ਪਹਿਲਾ ਪੱਕਾ ਮਕਾਨ ਉਸਦਾ ਬਣਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਅੱਜ ਉਹਨਾਂ ਨੇ ਪੂਰਾ ਕਰਕੇ ਦਿਖਾਇਆ ਹੈ, ਕਲੇਵੇ ਵਿੱਚ ਲੈ ਲਿਆ ਅਤੇ ਇਸ ਤਰ੍ਹਾਂ ਉਹ ਇੱਕ ਗਰੀਬ ਪਰਿਵਾਰ ਲਈ ਮਸੀਹਾ ਬਣ ਕੇ ਆਏ। ਇਹ ਪੱਕਾ ਮਕਾਨ ਬਣਾਉਣ ਦੀ ਜ਼ਿੰਮੇਵਾਰੀ BDPO ਜਸਵੀਰ ਸਿੰਘ ਮਿਨਹਾਸ ਅਤੇ ਉਹਨਾਂ ਦੀ ਟੀਮ 'ਤੇ ਹੈ, ਜੋ ਮਕਾਨ ਬਣਾਉਣ ਵਿੱਚ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਲਾਭਪਾਤਰੀ ਬਜ਼ੁਰਗ ਗਿਆਨ ਕੌਰ ਨੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਰੀਬ 60 ਸਾਲਾਂ ਤੋਂ ਇਸ ਕੱਚੇ ਮਕਾਨ ਵਿੱਚ ਇਕੱਲੀ ਰਹਿ ਰਹੀ ਹੈ। ਮਕਾਨ ਦੀ ਛੱਤ ਨਾ ਹੋਣ ਕਾਰਨ ਅਕਸਰ ਬਰਸਾਤ ਦੇ ਦਿਨਾਂ ਵਿੱਚ ਮਕਾਨ ਅੰਦਰ ਪਾਣੀ ਦਾਖਲ ਹੋ ਜਾਂਦਾ ਸੀ। ਇਸ ਤੋਂ ਇਲਾਵਾ ਘਰ ਦੇ ਬਾਹਰ ਪਏ ਟੋਏ ਵਿੱਚ ਪਾਣੀ ਭਰ ਜਾਂਦਾ ਸੀ ਅਤੇ ਉਹ ਸਾਰੀ ਰਾਤ ਪਾਣੀ ਹੀ ਗੜਦੀ ਰਹਿ ਜਾਂਦੀ ਸੀ। ਉਹਨਾਂ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਯਤਨਾਂ ਸਦਕਾ ਹੁਣ ਉਸਦਾ ਪੱਕਾ ਮਕਾਨ ਬਣ ਰਿਹਾ ਹੈ, ਜਿਸ ਦੇ ਲਈ ਉਹਨਾਂ ਦਾ ਧੰਨਵਾਦ ਕਰਦੇ ਹਨ। ਕਿ BDPO ਜਸਵੀਰ ਸਿੰਘ ਮਿਨਹਾਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਜੋ ਕਿ ਪੂਰੇ ਭਾਰਤ ਵਿੱਚ ਚੱਲ ਰਹੀ ਹੈ, ਉਸ ਤਹਿਤ 2011 ਦੀ ਜਨਗਣਨਾ ਅਨੁਸਾਰ ਬਲਾਕ ਖੇੜਾ ਵਿੱਚ 39 ਲਾਭਪਾਤਰੀ ਸਕੀਮ ਲਈ ਚੁਣੇ ਗਏ ਸੀ, ਜਿਨ੍ਹਾਂ ਵਿੱਚੋਂ 15 ਲਾਭਪਾਤਰੀਆਂ ਨੂੰ ਪੱਕੇ ਮਕਾਨ ਬਣਾਉਣ ਲਈ ਪਹਿਲੀ ਕਿਸ਼ਤ ਤਹਿਤ 30,000 ਰੁਪਏ ਸਹਾਇਤਾ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਇਲਾਕੇ ਵਿੱਚ ਬਹੁਤ ਸਾਰੇ ਅਜਿਹੇ ਲੋੜਵੰਦ ਪਰਿਵਾਰ ਹਨ ਜਿਨ੍ਹਾਂ ਦੇ ਸਿਰ 'ਤੇ ਪੱਕੀ ਛੱਤ ਨਹੀਂ ਹੈ। ਉਹਨਾਂ ਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਲਕੇ ਦੇ ਜੋ ਲੋੜਵੰਦ ਵਿਅਕਤੀ ਹਨ ਉਹਨਾਂ ਨਾਲ ਸਰਕਾਰੀ ਅਤੇ ਸਮਾਜਿਕ ਤੌਰ 'ਤੇ ਖੜ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦੀ, ਮੇਰੇ ਬੇਟੇ ਬੱਚੇ ਸਭ ਦਾ ਧੰਨਵਾਦ ਆ ਜਿਹੜੇ ਉਹਨਾਂ ਨੇ ਮੈਨੂੰ ਬੈਠੀ ਕਰਦਾ। ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਮਾਤਾ ਬਹੁਤ ਅਤੀ ਲੋੜਵੰਦ ਸੀ ਅਤੇ ਇਹਨਾਂ ਨੂੰ ਜੋ ਸਰਕਾਰ ਨੇ ਮਤਲਬ ਕੱਚੇ ਮਕਾਨ ਵਾਸਤੇ ਪੈਸੇ ਅਲਾਟ ਕਰਦੇ ਹਾਂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ BDO ਸਾਹਿਬ ਦਾ, ਸਾਡੇ MLA ਸਾਹਿਬ ਹਲਕੇ ਦੇ MLA ਕੁਲਜੀਤ ਸਿੰਘ ਨਾਗਰਾ ਜੀ, ਅਤੇ ਅਸੀਂ ਹੋਰ ਵੀ ਸਰਕਾਰ ਨੂੰ ਰਿਕੁਐਸਟ ਕਰਦੇ ਹਾਂ ਕਿ ਜਿਹੜੇ ਹੋਰ ਵੀ ਅਤੀ ਲੋੜਵੰਦ ਪਰਿਵਾਰ ਹੈ ਜੀ, ਉਹਨਾਂ ਨੂੰ ਵੀ ਪੈਸੇ ਦਿੱਤੇ ਜਾਣ ਅਤੇ ਉਹਨਾਂ ਦੇ ਮਕਾਨ ਵੀ ਪੱਕੇ ਕਰੇ ਜਾਣ। ਉਮੀਦ ਨਾਗਰਾ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਆਵਾਜ਼ ਸੁਣੀ ਹੈ, ਗਰੀਬ ਦਾ ਮਕਾਨ ਬਣਾਉਣ ਦਾ ਇਹਨਾਂ ਦੇ ਪੈਸੇ ਪਾਏ। ਅਸੀਂ BDO ਸਾਹਿਬ ਦਾ ਅਤੇ ਇਹਨਾਂ ਸਾਰੇ ਕਰਮਚਾਰੀਆਂ ਦਾ ਬਹੁਤ ਧੰਨਵਾਦ ਹੀ ਕਰਦੇ ਹਾਂ। ਪ੍ਰਧਾਨ ਮੰਤਰੀ ਆਵਾਸ ਯੋਜਨਾ ਪੂਰੀ ਭਾਰਤ ਸਰਕਾਰ ਦੀ ਚੱਲਦੀ ਹੈ, ਉਹਦੇ ਤਹਿਤ 2011 ਦੀ ਜਨਗਣਨਾ ਦੇ ਨਾਲ ਕੁਛ ਜਿਹੜੇ ਲਾਭਪਾਤਰੀ ਸਿਲੈਕਟ ਹੋਏ ਸੀ, ਉਹਦੇ ਵਿੱਚੋਂ ਸਾਡੇ ਬਲਾਕ ਦੇ ਵਿੱਚ ਕੋਈ 39 ਲਾਭਪਾਤਰ ਨੇ ਜਿਨ੍ਹਾਂ ਨੂੰ ਅਸੀਂ ਪੱਕੇ ਮਕਾਨ ਬਣਾ ਕੇ ਦੇਣੇ ਆ। ਵਿੱਚੋਂ 39 ਦੇ ਵਿੱਚੋਂ 15 ਜਿਹੜੇ ਲਾਭਪਾਤਰ ਆ, ਉਹਨਾਂ ਦੀ ਜਿਹੜੀ ਪੇਮੈਂਟ ਹੈ ਆਲਰੇਡੀ ਉਹਨਾਂ ਦੇ ਅਕਾਊਂਟ ਵਿੱਚ ਜਾ ਚੁੱਕੀ ਹੈ। ਉਹਦੀ ਫਸਟ ਕਿਸ਼ਤ ਉਹ 30,000 ਰੁਪਏ ਦੀ ਆ, ਅਤੇ ਉਹ ਤੋਂ ਬਾਅਦ ਸੈਕਿੰਡ ਕਿਸ਼ਤ ਜਦੋਂ ਉਹ ਪੈਸੇ ਕੰਜ਼ੂਮ ਹੋ ਜਾਣਗੇ, ਸੈਕਿੰਡ ਕਿਸ਼ਤ 72,000 ਦੀ ਜਾਏਗੀ ਅਤੇ ਤੀਜੀ ਕਿਸ਼ਤ 18,000 ਦੀ ਹੋਏਗੀ। ਟੋਟਲ 1,20,000 ਰੁਪਈਆ ਦਿੱਤਾ ਜਾਣਾ ਹੈ ਪੱਕੇ ਮਕਾਨ ਬਣਾਉਣ ਲਈ। ਇਲਾਕੇ ਦੇ ਵਿੱਚ ਇਹੋ ਜਿਹੇ ਸਾਡੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਅਜੇ ਸਿਰ ਦੇ ਉੱਤੇ ਪੱਕੀ ਛੱਤ ਨਹੀਂ ਹੈਗੀ, ਔਰ ਮੈਂ ਮਹਿਸੂਸ ਕਰਦਾ ਹਾਂ ਕਿ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਜੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਹਲਕਾ ਫਤਿਹਗੜ੍ਹ ਸਾਹਿਬ ਦੀ, ਤਾਂ ਸਾਡਾ ਫਰਜ਼ ਬਣਦਾ ਕਿ ਜਿਹੜੇ ਸਭ ਤੋਂ ਲੋੜਵੰਦ ਵਿਅਕਤੀ ਹੈ ਇਹ ਸਾਡੇ ਹਲਕੇ ਦਾ, ਅਸੀਂ ਉਹਦੇ ਨਾਲ ਜਾ ਕੇ ਖੜੇ ਹੋਈਏ, ਉਹਦੇ ਨਾਲ ਜਾ ਕੇ ਉਹਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਵਿੱਚ ਅਸੀਂ ਆਪਣਾ ਜਿੰਨਾ ਵੱਧ ਤੋਂ ਵੱਧ ਯੋਗਦਾਨ ਪਾ ਸਕਦੇ ਹਾਂ ਪਾ ਸਕੀਏ, ਸਰਕਾਰ ਦੇ ਤੌਰ 'ਤੇ ਔਰ ਸਮਾਜਿਕ ਤੌਰ 'ਤੇ ਔਰ ਜਾਤੀ ਤੌਰ 'ਤੇ। ਔਰ ਇਹ ਮਾਤਾ ਜੀ, ਕਿਉਂਕਿ ਜਦੋਂ ਮੈਂ ਇਲੈਕਸ਼ਨ ਦੇ ਵਿੱਚ ਆਇਆ ਸੀਗਾ ਤਾਂ ਸਾਰੇ ਨਗਰ ਨੇ ਮਾਤਾ ਜੀ ਨੇ, ਕਿਉਂਕਿ ਇਹਨਾਂ ਦੀ ਤੁਸੀਂ ਸਿਹਤ ਦੇ ਪੱਖੋਂ ਵੀ ਦੇਖ ਸਕਦੇ ਹੋ,
ਔਰ ਇਹਨਾਂ ਨੂੰ ਨਜ਼ਰ ਵੀ ਨਹੀਂ ਆਉਂਦਾ, ਇਹਨਾਂ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ। ਅਤੇ ਇਹਨਾਂ ਦੇ ਮਕਾਨ ਨੂੰ ਦੇ ਵਾਸਤੇ ਇੱਕ ਵਾਅਦਾ ਕਰਕੇ ਗਏ ਸੀ ਕਿ ਜਦੋਂ ਸਰਕਾਰ ਬਣੂਗੀ ਪਹਿਲ ਦੇ ਆਧਾਰ ਦੇ ਉੱਤੇ, ਕਿਉਂਕਿ ਇੰਨੇ ਲੋੜਵੰਦ ਸੀ ਵੀ ਤੁਸੀਂ ਜੇ ਕੋਈ ਵੀ ਵਿਅਕਤੀ ਇਹਨਾਂ ਦੇ ਨਾਲ ਵੇਖਦਾ ਸੀ ਤਾਂ ਬੜਾ ਮਨ ਦੇ ਵਿੱਚ ਆਉਂਦਾ ਸੀ ਵੀ ਇਸ ਹਾਲਤ ਦੇ ਵਿੱਚ ਰਹਿਣਾ ਬੜਾ ਮੁਸ਼ਕਲ ਹੈ। ਸੋ ਜਿਵੇਂ ਸਰਕਾਰ ਦੇ ਪਹਿਲੇ ਪੜਾਅ ਦੇ ਵਿੱਚ ਜਿਹੜੇ ਇਸ ਬਲੋਕ ਦੇ ਵਿੱਚ ਕਿੰਨੇ ਮਕਾਨ ਆਏ ਜੀ? 39, ਉਹਨਾਂ ਦੇ ਵਿੱਚੋਂ ਇੱਕ ਜਿਹੜੇ ਸੀਗੇ ਨਾ ਮਾਤਾ ਜੀ ਦੇ ਇੱਥੇ ਆਇਆ, ਜਿਹਦੇ ਅੱਜ ਸਾਰੇ ਨਗਰ ਨਿਵਾਸੀਆਂ ਨੇ ਮਿਲ ਕੇ ਆਪਣੇ ਇਹ ਸ਼ੁਰੂਆਤ ਕੀਤੀ ਹੈ। ਹੁਣ ਤੁਸੀਂ ਸਾਨੂੰ ਵੇਖ ਸਕਦੇ ਹੋ ਫੇਸਬੁੱਕ, ਯੂਟਿਊਬ ਅਤੇ ਵਟਸਐਪ ਉੱਪਰ, ਅਤੇ ਸਾਡੀ ਵੈਬਸਾਈਟ ਨੂੰ ਲੌਗਇਨ ਕਰਨਾ ਨਾ ਭੁੱਲਿਓ, ਫਤਿਹ ਨਿਊਜ਼ ਪਲੱਸ .com।